ਡੂੰਘੀ ਖੱਡ ਦੇ ਵਿੱਚ ਇੱਕ ਜੀਪ ਡਿੱਗਣ ਦੇ ਨਾਲ ਚੀਜੇ ਸਾਲੇ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਖੋਆ ਅਤੇ ਪਨੀਰ ਛੱਡਣ ਇਹ ਸਾਰੇ ਪੰਜਾਬ ਤੋਂ ਕੁੱਲੂ ਮਨਾਲੀ ਗਏ ਸੀ, ਪਰ ਜਿਵੇਂ ਹੀ ਉੱਥੋਂ ਦੀ ਇਹ ਖੋਆ ਅਤੇ ਪਨੀਰ ਛੱਡ ਕੇ ਵਾਪਸੀ ਕਰ ਰਹੇ ਸੀ ਤਾਂ ਰਸਤੇ ਦੇ ਵਿੱਚ ਇਹਨਾਂ ਦੀ ਜੀਪ ਬੇਕਾਬੂ ਹੋ ਜਾਂਦੀ ਹੈ। ਬੇਕਾਬੂ ਹੋਣ ਤੋਂ ਬਾਅਦ ਇਹਨਾਂ ਦੀ ਜੀਪ ਜੋ ਹੈ ਉਹ ਪਹਾੜੀ ਤੋਂ ਹੇਠਾਂ ਡਿੱਗ ਜਾਂਦੀ ਹੈ, ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਜੀਜੇ ਸਾਲੇ ਸਮੇਤ ਇੱਕ ਹੋਰ ਵਿਅਕਤੀ ਦੀ ਮੌਤ ਹੋਈ ਹੈ ਤਾਂ 3 ਲੋਕਾਂ ਦੀ ਜਾਨ ਚਲੀ ਗਈ ਹੈ ਇਸ ਭਿਆਨਕ ਸੜਕ ਹਾਦਸੇ ਦੇ ਵਿੱਚ। ਤਾਂ ਦੱਸ ਦਈਏ ਕਿ ਪਿੰਜੌਰ ਦਾ ਰਹਿਣ ਵਾਲਾ ਇਹ ਪਰਿਵਾਰ ਦੱਸਿਆ ਜਾ ਰਿਹਾ ਹੈ ਜਿਸਦੀ ਕਿ ਸੜਕ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਇਹ ਸਾਰੇ ਹੀ ਖੋਆ ਅਤੇ ਪਨੀਰ ਛੱਡਣ ਦੇ ਲਈ ਕੁੱਲੂ ਮਨਾਲੀ ਗਏ ਸੀ ਅਤੇ ਉੱਥੋਂ ਜਦੋਂ ਵਾਪਸੀ ਕਰ ਰਹੇ ਸੀ ਤਾਂ ਰਸਤੇ ਦੇ ਵਿੱਚ ਅਚਾਨਕ ਹੀ ਇਹਨਾਂ ਦੀ ਜੀਪ ਬੇਕਾਬੂ ਹੋ ਜਾਂਦੀ ਹੈ। ਬੇਕਾਬੂ ਹੋਣ ਤੋਂ ਬਾਅਦ ਇੱਕ ਡੂੰਘੀ ਖੱਡ ਦੇ ਵਿੱਚ ਕਈ ਪਲਟੀਆਂ ਖਾਂਦੀ ਹੋਈ ਇਹਨਾਂ ਦੀ ਜੀਪ ਜਾ ਡਿੱਗਦੀ ਹੈ, ਜਿਸ ਦੇ ਵਿੱਚ 3 ਲੋਕਾਂ ਦੀ ਜਾਨ ਚਲੀ ਗਈ ਹੈ, ਜਿਸ ਦੇ ਵਿੱਚ 2 ਜੀਜਾ ਅਤੇ ਸਾਲਾ ਰਿਸ਼ਤੇਦਾਰੀ ਦੇ ਵਿੱਚ ਲੱਗਦੇ ਸਨ। ਤਾਂ ਦੱਸ ਦਈਏ ਕਿ ਇਸ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਇਹਨਾਂ ਦੀ ਜੀਪ ਹੈ ਉਸਦੇ ਪਰ ਖੱਚੇ ਤੱਕ ਉੱਡ ਗਏ ਨੇ। ਹਾਲਾਂਕਿ ਕਿਹਾ ਜਾ ਰਿਹਾ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਆਲੇ ਦੁਆਲੇ ਕੋਈ ਵੀ ਮੌਜੂਦ ਨਹੀਂ ਸੀ, ਪਰ ਜਿਵੇਂ ਹੀ ਇਸ ਦੀ ਸੂਚਨਾ ਆਲੇ ਦੁਆਲੇ ਦੇ ਲੋਕਾਂ ਨੂੰ ਮਿਲੀ ਤਾਂ ਮੌਕੇ ਦੇ ਉੱਤੇ ਉਹਨਾਂ ਦੇ ਵੱਲੋਂ ਰੈਸਕਿਊ ਓਪਰੇਸ਼ਨ ਚਲਾਇਆ ਗਿਆ। ਪਰ ਕਿਹਾ ਜਾ ਰਿਹਾ ਕਿ ਜਦੋਂ ਤੱਕ ਇਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਉਦੋਂ ਤੱਕ 3 ਦੀ ਹੀ ਮੌਤ ਹੋ ਚੁੱਕੀ ਸੀ। ਹਾਲਾਂਕਿ ਇਸ ਖਬਰ ਦੇ ਨਾਲ ਪਰਿਵਾਰਕ ਮੈਂਬਰਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ।